ਲੋ ਵੀ ਨੰਬਰ ਪਲੇਟ ਹੋ ਗਈ ਹੈ ਤਿਆਰ ਸਕੂਟਰ ਦੀ, ਸਾਰਾ ਹੀ ਰੈਡੀ ਕਰਨਾ ਇਹ ਅਤੇ ਓਕੇ ਦੀ ਰਿਪੋਰਟ ਆ। ਲੋ ਵੀ ਮਿੱਤਰੋ ਆਉਣ ਲੱਗ ਗਿਆ ਚਿੱਟੇ ਸ਼ੇਰ ਦਾ ਲੋਗੋ। ਲੋ ਵੀ ਮਿੱਤਰੋ ਅਤੇ ਆਪਾਂ ਹੁਣ ਚਿੱਟੇ ਸ਼ੇਰ ਦਾ ਕੰਮ ਕਰਾਉਣ ਆਏ ਹਾਂ ਅਤੇ ਬਾਕੀ ਗੱਲਬਾਤ ਇੱਦਾਂ ਆ, ਇਹਦਾ ਕੰਮ ਥੋੜ੍ਹਾ ਜਿਹਾ ਰਹਿ ਗਿਆ ਆ ਵੈਲਡਿੰਗ ਵਾਲਾ, ਅਤੇ ਇੱਕ ਤਾਂ ਇਹਦਾ ਸਲਾਂਸਰ ਬੰਦ ਕੀਤਾ। ਇਹਦਾ ਤੈਨੂੰ ਕਿੱਥੋਂ ਦਿਖਾਵਾਂ ਹੁਣ ਮੈਂ, ਆਹ ਦੇਖ ਲਓ ਠੀਕ ਆ, ਇਹ ਬੰਦ ਕੀਤਾ ਆ ਅਤੇ ਹੁਣ ਨਾ ਤਾਰਾਂ ਵਾਲੇ ਬੋਰਸ਼ਨ ਆਪਾਂ ਸਾਫ਼ ਕਰ ਦੇਣਾ ਬਾਅਦ 'ਚੋਂ। ਵੈਲਡਿੰਗ ਕੀਤੀ ਉਹਦੇ ਆਵਾਜ਼ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਮੈਨੂੰ ਨਹੀਂ ਵਧੀਆ ਲੱਗੀ, ਅਤੇ ਕਸਟਮਰ ਨੂੰ ਕੀ ਵਧੀਆ ਲੱਗਣੀ ਹੈ ਨਾ, ਅਤੇ ਜਿਹੜੀ ਚੀਜ਼ ਆਪਾਂ ਨੂੰ ਸੈੱਟ ਲੱਗਦੀ ਆਪਾਂ ਉਹੀ ਕਰੀਦੀ ਆ। ਬਾਕੀ ਤਾਮਾ ਜਾਮਾ ਇੱਦਾਂ ਆ, ਇਹਦਾ ਹੁਣ ਮਗਰਾਟ ਬਣਦਾ ਪਿਆ ਅਤੇ ਉਹ ਪਲਾਸਟਿਕ ਵਾਲਾ ਹੀ ਆ, ਬਸ ਉਹਨੂੰ ਪੱਤੀਆਂ ਬਣਾਉਣੇ ਪਏ ਆ ਅਤੇ ਬਾਕੀ ਅਲਾਈਨਮੈਂਟ ਕਰ ਲਈ ਪੂਰੀ, ਜਿੰਨੀ ਜਿੰਨੀ ਲੋੜ ਸੀ ਉਹ ਕੱਟ ਲਿਆ ਜਿੰਨਾ ਕੁ ਆਪਾਂ ਨੂੰ ਚਾਹੀਦਾ ਸੀ ਹੈ ਨਾ। ਅਤੇ ਬਾਕੀ ਕਿੱਥੇ ਆ ਭਾਅ ਜੀ ਉਹ ਪਲਾਸਟਿਕ ਵਾਲਾ ਪਰਾਂ ਪਿਆ, ਆਹ ਨਟ ਲਿਆਉਂਦੇ ਆ ਮੈਂ ਅੱਧੀ ਅੱਧੀ ਇੰਚੀ ਦੇ ਇੱਕ ਵੱਡਾ ਲਿਆਉਂਦਾ, ਬਹੁਤ ਆ ਦੋ ਉੱਤੇ ਲਾਉਣੇ ਆ ਦੋ ਸਾਈਡਾਂ 'ਤੇ ਕਰਕੇ ਆਪਾਂ ਉੱਲੂ ਵਾਲੀ ਲਾਈਟ ਨਾਲ ਦੋ ਦੋ ਨਟ ਲਾਉਣੇ ਆ ਉਹਦੇ, ਆਪਾਂ ਦੋ ਨਟ ਇਹਨੇ ਇਹਦੇ ਨਾਲ ਸਪੋਰਟ ਦੇ ਦੇਣੀ ਆ ਅਤੇ ਦੋ ਇੱਧਰ ਦੇ ਦੇਣੇ ਆ। ਪਿਛਲੀ ਵਾਰੀ ਜਿਹੜਾ ਇਸ਼ੂ ਆਇਆ ਸੀਗਾ ਉਹ ਇਹਦੇ ਵਿੱਚ ਨਾ ਵੀ, ਇਸ ਕਰਕੇ ਅਸੀਂ ਇਹਨੂੰ ਬਿਲਕੁਲ ਹੀ ਤਾਂ ਚੱਕਤਾ ਅਤੇ ਇਹਨੂੰ ਹੋਰ ਕੱਟ ਦਿੱਤਾ, ਛੋਟਾ ਕਰ ਦਿੱਤਾ। ਬਾਕੀ ਇਹਨੂੰ ਆਪਾਂ ਜਿਹੜੀ ਪੱਤੀ ਭੈੜੀ ਲੱਗਦੀ ਆ ਇਹਦੀ ਪਾਲਟੀ ਮਾਰਨੀ ਆ ਘੁੰਮਾ ਕੇ, ਅਤੇ ਬਾਕੀ ਇਹਦਾ ਫਿਊਜ਼ ਬੋਕਸ ਬਣਾਉਣਾ ਹਲੇ ਅਤੇ ਵਾਇਰਿੰਗ ਸੈੱਟ ਕਰਨੀ ਹਲੇ, ਮੇਨ ਗੱਲ ਇਹ ਆ, ਅਤੇ ਡਿੱਗੀ 'ਚ ਲਾਈਟਾਂ ਵੀ ਲੱਗਣੀਆਂ ਹਲੇ ਅਤੇ ਉਹ ਪੱਤੀ ਘੁੰਮਾ ਕੇ ਲੱਗਣੀ ਆ ਅਤੇ ਉਹ ਬਿਲਕੁਲ ਇੱਥੇ ਹੈਂਡਲ ਦੇ ਨਾਲ ਲੱਗ ਜਾਣੀ ਇੱਥੇ ਤੱਕ ਘੁੰਮ ਜਾਣੀ ਸਾਰੀ, ਅਤੇ ਇਹਦਾ ਮੀਟਰ ਮੂਟਰ ਸਹੀ ਕਰਨਾ, ਇਹਦਾ ਐਕਸਲ ਬਦਲਣਾ ਆ, ਐਕਸਲ ਇਹਦਾ ਵਰਮ ਨਹੀਂ ਘੁੰਮਾ ਰਿਹਾ ਉਹਦਾ ਮੀਟਰ ਨਹੀਂ ਚੱਲਣਾ ਫਿਰ, ਅਤੇ ਐਤ ਕੀ ਆਪਾਂ ਮੀਟਰ ਵਾਲਾ ਕੰਮ ਕੀਤਾ ਸੀ ਇਹ ਰਿਮ ਦੇ ਨਾਲ, ਅਤੇ ਜਿਹੜੇ ਗਾਂਹ ਹੁਣ ਇਹਦੇ ਨਾਲ ਦੇ ਸਕੂਟਰ ਤਿਆਰ ਹੋਣੇ ਆ ਉਹ ਇਹ ਤੋਂ ਵੀ ਵੱਡੇ ਆ ਰਿਮ, ਅਤੇ ਬਾਕੀ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਦਾ। ਸੀਟ ਵੀ ਇਹਦੀ ਥੋੜ੍ਹੀ ਨਾ ਸਿੱਧੀ ਕਰਨੀ ਆ ਹੁਣ, ਆ ਜਿਹੜੀ ਇੱਧਰ ਨੂੰ ਜਾ ਰਹੀ ਆ ਦੇਖੋ, ਇਹਦੇ ਆਪਾਂ ਸਰਾਖ ਖੁੱਲ੍ਹੇ ਕਰ ਦੇਣੇ ਆ, ਮੁੜ ਕੇ ਇਹਨੂੰ ਅਲਾਈਨਮੈਂਟ ਕਰਕੇ ਇਹਦੀ ਪੂਰੀ ਫੇਕ ਹੱਸ ਦੇਣੀ ਆ। ਬਾਕੀ ਓਕੇ ਆ, ਕਰ ਲਈਏ ਕੰਮ ਫੇਰ ਦਿਖਾਉਂਦੇ ਹਾਂ। ਮਿੱਤਰੋ ਆਪਾਂ ਚੱਲੇ ਹਾਂ ਸਕੂਟਰ ਲੈਣ, ਲੈਣੀ ਬਸ ਪਿੰਡ ਹੀ ਆਏ ਆ ਬਾਈ ਹੁਣੀ, ਬਾਈ ਆਏ ਆ ਹੁਸ਼ਿਆਰਪੁਰ ਤੋਂ, ਅਤੇ ਆਪਾਂ ਬਸ ਹੁਣ ਜਾ ਕੇ ਲੈ ਕੇ ਹੀ ਆਉਣਾ ਆ, ਅਤੇ ਮੈਂ ਆਪਣੇ ਇੱਧਰ ਆ ਘਰ ਤੋਂ ਨਿਕਲ ਗਿਆ, ਅੱਗੇ ਅੱਗੇ ਹੀ ਆ ਗਿਆ ਮੈਂ ਤਾਂ, ਬਸ ਚਲੀਏ ਫਿਰ ਅਤੇ ਦਿਖਾਉਂਦਾ ਤੁਹਾਨੂੰ ਮੈਂ। ਬਾਈ ਹੁਣੀ ਬਸ ਅੱਗੇ ਹੋਣੇ ਆ ਅਤੇ ਮੇਰੇ ਖਿਆਲ ਆਉਂਦੇ ਪਏ ਆ, ਉਰੇ ਵਾਲ ਪੈਲ ਸੀ ਆਪਣੇ ਪਿੰਡ ਉੱਥੇ ਗਏ ਮੈਂ ਖੜ੍ਹੇ ਹੋ ਜੋ ਆਉਂਦੇ ਹੋਣੇ ਆ ਬਸ ਫਿਰ, ਅਤੇ ਦੇਖਦੇ ਹਾਂ ਕੀ ਬਣਦਾ। ਬਾਕੀ ਮਲਾਉਂਦੇ ਹਾਂ ਬਾਈ ਹੁਣੀ ਆਏ ਹੁਸ਼ਿਆਰਪੁਰ ਤੋਂ, ਅਤੇ ਕਹਿੰਦੇ ਸਕੂਟਰ ਤਿਆਰ ਕਰਕੇ ਦੇਣਾ ਆ ਹੋਲੇ ਮਹੱਲੇ ਤੱਕ, ਅਤੇ ਆਪਾਂ ਛੇਤੀ ਛੇਤੀ ਕਰਨਾ ਇਹ ਤਿਆਰ, ਬਾਕੀ ਦੇਖਦੇ ਹਾਂ ਕੀ ਬਣਦਾ, ਹਜੋ ਲੈ ਕੇ ਆਉਂਦੇ ਸਕੂਟਰ। ਹੈਲੋ ਵੀ ਮਿੱਤਰੋ, ਸਕੂਟਰ ਤਾਂ ਆ ਗਿਆ ਅਤੇ ਚੱਕਰ ਪੈਂਟ ਇੱਦਾਂ ਹੋਇਆ, ਭਾਜੀ ਸੀਗਾ ਕਾਲੀ 'ਚ, ਭਾਜੀ ਕਹਿੰਦਾ ਨੇਰਾ ਹੋਇਆ ਜਿਹੜਾ, ਭਾਜੀ ਨੂੰ ਮੈਂ ਛੇਤੀ ਛੇਤੀ ਬਿਠਾਇਆ, ਚਿੱਟਾ ਸਕੂਟਰ ਦਿਖਾਇਆ ਰਿਮ ਵਾਲਾ, ਕਿਉਂਕਿ ਬਾਈ ਹੁਣਾਂ ਦਾ ਵੀ ਉੱਦਾਂ ਦਾ ਹੀ ਹੋਣਾ ਤਿਆਰ, ਅਤੇ ਬਾਈ ਹੁਣਾਂ ਸਕੂਟਰ ਮੈਂ ਚਲਾ ਕੇ ਨਹੀਂ ਦੇਖਿਆ, ਉੱਦਾਂ ਬਾਈ ਕਹਿੰਦਾ ਓਕੇ ਆ ਪੂਰਾ, ਅਤੇ ਉਹ ਤਾਂ ਚਲੋ ਕੋਈ ਨਾ ਇੱਕ ਵਾਰੀ ਗੇੜਾ ਕੱਢ ਲਵਾਂਗੇ, ਅਤੇ ਬਾਕੀ ਤਾਮਾ ਜਾਮਾ ਇੱਦਾਂ ਮਿੱਤਰੋ ਹੁਣ ਤੁਹਾਨੂੰ ਸਕੂਟਰ ਦਾ ਦਿਖਾ ਦਿੰਦੇ ਭਾਜੀ ਹੁਣਾਂ ਵਾਲਾ, ਅਤੇ ਭਾਜੀ ਆਇਆ ਸੀ ਹੁਸ਼ਿਆਰਪੁਰ ਤੋਂ, ਅਤੇ ਉਹ ਸਕੂਟਰ ਦਾ ਇੰਜਨ ਇੰਜਨ ਨਹੀਂ ਕਰਨਾ ਹੈਗਾ, ਉਹ ਸਕੂਟਰ ਦੇ ਰਿਮ ਲਾਉਣਾ, ਰੰਗ ਕਰਨਾ, ਲਿੱਟਾਂ ਲਾਉਣੀਆਂ, ਬੈਟਰੀ ਲਾਉਣੀ ਆ, ਟਾਇਰ ਪਾਉਣੇ ਆ, ਸਭ ਕੁਛ ਕਰਨਾ, ਮਤਲਬ ਸਭ ਕੁਛ A to Z। ਅਤੇ ਮਿੱਤਰੋ
ਵੀਡੀਓ ਤਾਂ ਨਹੀਂ ਬਣੀ ਭਾਈ, ਉਹੀ ਫਿਰ ਹਨੇਰਾ ਹੋਈ ਜਾਂਦਾ, 5 ਤਾਂ ਵੱਜ ਗਏ ਆ, ਭਾਈ ਨੇ ਜਾਣਾ ਆ ਬੱਸ 'ਚ ਸੀਗਾ, ਭਾਜੀ ਕਹਿੰਦਾ ਠੰਡ ਆ ਤਾਂ ਕਰਕੇ ਮੈਂ ਬੱਸ 'ਚ ਹੀ ਜਾਣਾ ਆ। ਮੈਂ ਭਾਈ ਨੂੰ ਕਿਹਾ ਸੀ ਵੀ ਕੋਈ ਨਾਲ ਲੈ ਕੇ ਆਉਣਾ ਹੈਗਾ, ਭਾਈ ਕਹਿੰਦਾ ਵੀ ਮੋਟਰਸਾਈਕਲ 'ਤੇ ਭਰਾਵਾ ਠਰ ਜਾਣਾ, ਅਤੇ ਗੱਲ ਤਾਂ ਭਾਜੀ ਦੀ ਵੀ ਸਹੀ ਸੀ। ਬਾਕੀ ਹੁਣ ਜਾਈਏ ਅਤੇ ਛੇਤੀ ਤੁਹਾਨੂੰ ਦਿਖਾਈਏ, ਆ ਜਾਓ ਵੀ ਮਿੱਤਰੋ। ਆਹ ਸਕੂਟਰ ਆਇਆ ਆ ਤਿਆਰ ਹੋਣ ਨੂੰ, ਭਾਈ ਹੋਣਾਂ ਨੇ ਪਿੰਡ ਦਾ ਨਾਮ ਲਿਖਾਇਆ, ਠੀਕ ਆ। ਅਤੇ ਬਾਕੀ ਸਾਰੇ ਰੈਡੀ ਕਰਨਾ ਇਹ, ਅਤੇ ਓਕੇ ਦੀ ਰਿਪੋਰਟ ਆ। ਅਤੇ ਬਾਕੀ ਭਾਜੀ ਵੀ ਸੰਤਾ ਦੇ ਫੈਨ ਆ, ਕਹਿੰਦੇ ਸਾਰਾ ਤਿਆਰ ਕਰਕੇ ਸੰਤਾ ਦੀ ਫੋਟੋ ਜ਼ਰੂਰ ਲਾਉਣੀ ਆ। ਬਾਕੀ ਚਲੋ ਆ ਜਾਓ, ਦੇਖਦੇ ਹਾਂ ਕੀ ਬਣਦਾ। ਲਓ ਵੀ ਮਿੱਤਰੋ, ਆਪਾਂ ਪਹੁੰਚ ਗਏ ਸੀਗੇ ਨੂਰ ਮਹਿਲ, ਅਤੇ ਨੂਰ ਮਹਿਲ ਪਹੁੰਚ ਤਾਂ ਗਏ ਸੀ। ਬਾਕੀ ਇਹਦਾ ਕੰਮ ਚੱਲਦਾ ਪਿਆ, ਪਿਛਲੀ ਨੰਬਰ ਪਲੇਟ ਬਣਾਉਂਦੇ ਪਏ ਹਲੇ, ਅਤੇ ਫਰੰਟ ਹੈਡਲਾਈਟ ਹੈਡਲਾਈਟ ਬਣ ਜਾਵੇ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਬਾਕੀ ਪਹੁੰਚ ਗਏ ਸੀਗੇ, ਅਤੇ ਜਿਹੜਾ ਬਾਕੀ ਦਾ ਕੰਮ ਆ ਉਹ ਆਪਾਂ ਕਰਕੇ ਫਿਰ ਤੁਹਾਨੂੰ ਮਿਲਾਂਗੇ। ਅਤੇ ਹਲੇ ਹੈਡਲਾਈਟ ਬਣ ਗਈ ਆ, ਹੈਡਲਾਈਟ ਬਣ ਗਈ, ਅਤੇ ਫਿਰ ਬਾਅਦ ਵਿੱਚ ਆਪਾਂ ਜਿਹੜਾ ਆ ਨੰਬਰ ਪਲੇਟ ਵੀ ਬਣ ਗਈ ਆ। ਮੈਂ ਨੰਬਰ ਪਲੇਟ ਤੁਹਾਨੂੰ ਦਿਖਾਉਂਦਾ ਕਿੱਦਾਂ ਦੀ ਆ। ਆਹ ਬਣਦੀ ਪਈ ਹਲੇ, ਠੀਕ ਆ, ਪ੍ਰਿੰਟ ਇਹਦਾ ਕੱਢ ਦਿੱਤਾ। ਅਤੇ ਆਹ ਨੰਬਰ ਆ ਸਕੂਟਰ ਦਾ, PIJ1994, ਠੀਕ ਆ। ਅਤੇ ਬਸ ਇਹ ਪ੍ਰਿੰਟ ਹੋ ਗਿਆ ਆ, ਨਾਲ ਲੱਗ ਜਾਣਾ, ਅਤੇ ਉੱਤੇ ਅੱਖਰ ਕੱਟ ਕੇ ਲੱਗਣੇ ਆ, ਉਹ ਵੀ ਇੱਕ ਰੈਲਿਕ ਦੇ ਲੱਗਣੇ ਆ, ਅਤੇ ਉਹ ਤੁਹਾਨੂੰ ਬਾਅਦ 'ਚ ਦਿਖਾਉਂਦੇ ਹਾਂ, ਪਹਿਲਾਂ ਹੋ ਲੈਂਦੇ ਰੈਡੀ। ਅਤੇ ਬਸ ਥੋੜ੍ਹਾ ਜਿਹਾ ਕੰਮ ਹੀ ਆ ਸਕੂਟਰ ਦਾ, ਅਤੇ ਇੱਕ ਆਪਾਂ ਡੀਲਰ ਦੀ ਹੈਡਲਾਈਟ ਬੈਕਲਾਈਟ ਤਿਆਰ ਕਰਨੀ ਆ, ਉਹ ਲੈ ਕੇ ਆਏ ਹਾਂ ਨਾਲ। ਅਤੇ ਇੱਕ ਬੋਕਸ ਤਿਆਰ ਕਰਨਾ ਸਕੂਟਰ ਦੀ ਡਿੱਗੀ 'ਚ ਰੱਖਣ ਨੂੰ, ਅਤੇ ਉਹ ਵੀ ਤੁਹਾਨੂੰ ਦੱਸਦੇ ਹਾਂ ਬੋਕਸ 'ਚ ਕੀ ਬਣਾਉਣਾ। ਛੋਟਾ ਜਿਹਾ ਬੋਕਸ ਬਣਾਉਣਾ, ਉਹਦੇ ਵਿੱਚ ਬਸ ਪੁਆਇੰਟ ਛੱਡਣੇ ਆ 2-3, ਅਤੇ ਇੱਕ ਸੀਕਰੇਟ ਬੋਰਡ ਲਾਉਣਾ ਜਿੱਥੇ ਫੋਨ ਚਾਰਜ ਲੱਗਦਾ। ਅਤੇ ਬਾਕੀ ਓਕੇ ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ ਬਾਅਦ 'ਚੋਂ। ਲਓ ਵੀ ਨੰਬਰ ਪਲੇਟ ਹੋ ਗਈ ਹੈ ਤਿਆਰ ਸਕੂਟਰ ਦੀ, ਜਿਹਨੂੰ ਹਲੇ ਆਪਾਂ ਕੰਪਾਊਂਡ ਕਰਨਾ ਆ, ਅਤੇ ਬਾਕੀ ਇੱਥੇ ਲੱਗਣੀ ਹੈ ਬਸ ਪਿਛਲੀ ਨੰਬਰ ਪਲੇਟ, ਸੋਹਣੀ ਲੱਗੂਗੀ। ਅਤੇ ਸਕੂਟਰ ਹੈਗਾ ਧੋਣ ਵਾਲਾ, ਅਤੇ ਇਹ ਹੋ ਗਈ ਹੈ ਤਿਆਰ, ਅਤੇ ਸੋਹਣੀ ਆ, ਦੱਸਿਓ ਕਮੈਂਟ ਕਰਕੇ। ਅਤੇ ਇਹਦੇ ਆਪਾਂ ਜਿਹੜਾ ਹੈਡਲਾਈਟ ਦੇ ਵਿੱਚ ਝੰਡਾ ਲਾਉਂਦੇ ਪਏ ਹਾਂ, ਝੰਡੇ ਦਾ ਜਿਹੜਾ ਵਿੱਚ ਵਾਲਾ ਹੈਗਾ ਨਾ, ਦੂਸਰਾ ਆਪਣਾ ਜਿਹੜਾ ਕੀ ਕਹਿ ਦਿੰਦੇ ਆ ਲੀਵ, ਲੀਵ ਠੀਕ ਹੈ, ਕੈਨੇਡਾ ਦੀ ਝੰਡੇ ਦੀ ਲੀਵ ਆ ਜਿਹੜੀ, ਉਹ ਲੱਗਣੀ ਬਸ ਇਕੱਲੀ। ਬਾਕੀ ਓਕੇ ਆ, ਸੋਹਣੀ ਬਣੀ ਆ ਪਲੇਟ। ਆ ਬਾਈਆਂ ਦਾ ਨੰਬਰ ਆ ਯਾਰ, ਪਹਿਲੀ ਗੱਲ ਵੀ ਬਾਈ ਨੂੰ ਫੋਨ ਕਰਕੇ ਇਹ ਨਾ ਕਿਹਾ ਕਰੋ ਵੀ ਹੈ ਨਾ ਉਹ ਬਾਈ ਦਾ ਨੰਬਰ ਦੇ ਦਿਉ, ਜਾਂ ਫਿਰ ਹੈ ਨਾ ਰੰਗ ਕਰਾਉਣਾ ਆ ਕਰਕੇ। ਬਾਈ ਬਾਈ ਦਾ ਕੰਮ ਹੋ ਰਿਹਾ, ਆਪਣਾ ਕੰਮ ਹੋ ਰਿਹਾ, ਹੈ ਨਾ, ਆਹ ਬਾਈ ਦਾ ਨੰਬਰ ਆ, ਇਹ ਬਾਈ ਨੂੰ ਤੁਸੀਂ ਫੋਨ ਲਾਉਣਾ ਆ, ਅਤੇ ਇੱਦਾਂ ਦੇ ਕੰਮ ਨੂੰ ਲਾਉਣਾ, ਰੇਡੀਓ ਦੇ ਕੰਮ ਨੂੰ ਜਾਂ ਕੁਛ ਹੋਰ ਜਿੱਦਾਂ ਟੇਪਿੰਗ ਟੂਪਿੰਗ ਦਾ ਕੰਮ, ਠੀਕ ਆ, ਇਹਨੂੰ ਆਪਾਂ ਲੈਂਦਰ ਹੀ ਰੱਖਦੇ ਹਾਂ। ਬੈਕਲਾਈਟ ਵੀ ਤਿਆਰ ਕਰਨੀ ਆਪਾਂ, ਗੱਲ ਮੈਂ ਇਹ ਕਰਦਾ ਬਾਈ ਨੂੰ ਫੋਨ ਲਾ ਕੇ ਇੱਦਾਂ ਨਾ ਕਿਹਾ ਕਰੋ, ਆਪਣਾ ਨੰਬਰ ਸਪੈਸ਼ਲੀ ਇੰਸਟਾਗ੍ਰਾਮ 'ਤੇ ਪਾਇਆ ਹੋਇਆ ਆ ਬਾਇਓ ਦੇ ਵਿੱਚ, ਠੀਕ ਆ, ਅਤੇ ਉੱਤੇ ਨੰਬਰ ਪਾਇਆ ਹੋਇਆ ਆਪਣਾ, ਬਾਕੀ ਉੱਤੇ ਲੈ ਲਿਆ ਕਰੋ ਨੰਬਰ, ਉੱਥੇ ਪਾਇਆ ਹੋਇਆ। ਲਓ ਵੀ ਮਿੱਤਰੋ, ਆਹ ਲੱਗ ਗਿਆ ਚਿੱਟੇ ਸ਼ੇਰ ਦਾ ਲੋਗੋ, ਅਤੇ ਬਾਕੀ ਹਲੇ ਨਾ ਉੱਤੇ ਉਹ ਰੇਡੀਅਮ ਜੀ ਆ ਪੇਪਰ ਜਿਹਾ, ਉਹ ਲੈਣਾ ਆ। ਲਓ ਲਓ ਅਤੇ ਕਰੋ ਚੈੱਕ, ਓਕੇ ਆ, ਸਿਰਾ ਬਣਿਆ ਪੂਰਾ। ਅਤੇ ਬਾਕੀ ਹੁਣ ਇਹਦੇ ਕੁਛ ਨਹੀਂ, ਅੱਗੇ ਕੁਛ ਵੀ ਨਹੀਂ ਕਰਨਾ, ਨਾ ਨੰਬਰ ਲਿਖਣਾ, ਬਸ ਹੁਣ ਜਿਹੜਾ ਆ ਸਟੀਕਰ ਲੱਗਣਾ ਆ, ਸੋਰੀ ਸਟੀਕਰ, ਹਾਂ ਰਿਮ ਦੇ ਵਿੱਚ ਲੱਗਣਾ ਬਸ, ਮੂਹਰੇ ਰਿਮ ਦੇ ਵਿੱਚ ਲੱਗ ਕੇ, ਅਤੇ ਕਿੱਥੇ ਆਨ ਆਫ ਵਾਲਾ ਸਟੀਕਰ ਲੱਗਣਾ, ਕਿਉਂਕਿ ਇਹਦੀ ਜਿਹੜੀ ਟੈਂਕੀ ਆ ਅਤੇ ਟੂਟੀ ਆ ਉਹ ਪੁਰਾਣੇ ਮਾਡਲ ਦੀ ਆ, ਤਾਂ ਕਰਕੇ, ਅਤੇ ਓਲਡ ਮਾਡਲ ਦੇ ਹਿਸਾਬ ਨਾਲ ਇੱਥੇ ਤੇਲ ਤੂਲ ਦਾ ਲਿਖਣਾ ਆ, ਅਤੇ ਉਹ ਜਿਹੜਾ ਤੇਲ ਲੀਕ ਹੁੰਦਾ ਪਿਆ ਉਹ ਵੀ ਕੱਲ੍ਹ ਨੂੰ ਚੈੱਕ ਕਰਾਉਣਾ ਆ, ਅਤੇ ਇਹਦਾ ਇੱਕ ਕਲੱਚ ਨਹੀਂ ਛੱਡ, ਮਤਲਬ ਚੌਥੇ ਗੇਅਰ ਜਦੋਂ ਪਜਾ ਕੇ ਛੱਡ ਦੀਦਾ,
ਉਹ ਥੋੜ੍ਹੀ ਬਾਤ ਜੀ ਕਰਦਾ, ਉਹ ਵੀ ਦਿਖਾਉਣਾ ਆ, ਪਰ ਇਹਦਾ ਇੰਜਨ ਸਾਰਾ ਕੀਤਾ ਦਿਖਾਉਣਾ ਆ ਇੱਕ ਵਾਰੀ ਬਸ। ਕੱਲ੍ਹ ਮਿਲਦੇ ਤੁਹਾਨੂੰ, ਹੁਣ ਇੱਕ ਵਾਰੀ ਵੀਡੀਓ ਐਂਡ ਕਰਾਂਗੇ ਸਾਰਾ ਸਮਾਨ ਦਿਖਾ ਕੇ। ਮਿੱਤਰੋ ਆਹ ਲਾਈਟ ਬਣਾਈ ਸੀਗੀ, ਠੀਕ ਆ, ਅਤੇ ਇਹ ਹੈਗੀ ਆ ਇਹਦੀ, ਅਤੇ ਜਗਾੜਬਾਜ਼ੀ ਨਹੀਂ ਨਾ ਬਣਦੀ ਹੁੰਦੀ, ਪਰ ਚੀਜ਼ ਵਧੀਆ ਇਹ, ਜਿੰਨਾ ਕੁ ਓਰੀਜਨਲ ਵਧੀਆ ਕੰਮ ਹੋ ਸਕਦਾ। ਬਾਕੀ ਸੋਨੂੰ ਦੇਖ ਲਓ ਕਿੱਦਾਂ ਪਰਾਂ ਭੱਜਦਾ, ਇਹ ਕਦੇ ਨਹੀਂ ਵਲੋਗ 'ਚ ਆਇਆ ਚੱਜ ਨਾਲ। ਚਲੋ ਜਿਹੜਾ ਤੁਸੀਂ ਕੱਲ੍ਹ ਖਰੇ ਵਲੋਗ ਦੇਖਿਆ ਹੋਊਗਾ ਉਹਦੇ ਵਿੱਚ ਆਇਆ ਸੀਗਾ ਇਹ। ਬਾਕੀ ਆਹ ਬਣਾਇਆ ਸੀਗਾ, ਇਹਨੂੰ ਆਪਾਂ ਡੱਬੀ ਕਹਿ ਸਕਦੇ ਹਾਂ, ਡੱਬੀ ਬਣਾਈ ਆ ਇਹ ਐਕਰੈਲਿਕ ਪਲੇਟ ਦੀ, ਅਤੇ ਸਿੰਘ ਵਾਲੇ ਬਾਈ ਨੇ ਬਣਾਈ ਆ, ਨੂਰਮੈਲ ਸਿੰਘ ਆਰਟਸ ਵਾਲੇ, ਠੀਕ ਹੈ। ਅਤੇ ਅੱਜ ਆਪਾਂ ਇਹਨਾਂ ਕੀ ਕੰਮ ਕਰਨਾ, ਇੱਕ ਤਾਂ ਨਾ ਹੈਡਲਾਈਟ ਮੈਂ ਰਾਤੀ ਫਿੱਟ ਕਰਕੇ ਲੈ ਕੇ ਆਇਆ, ਮੈਨੂੰ ਰਾਤੀ 8-9 ਵੱਜ ਗਏ ਆਉਂਦੇ ਨੂੰ ਨੂਰਮੈਲੋਂ। ਅਤੇ ਆਪਾਂ ਹੁਣ ਰਾਤ ਨੂੰ ਨਾ ਇੱਦਾਂ ਹੀ ਮੈਂ ਆਪ ਹੀ ਫਿੱਟ ਕੀਤੀ ਸੀ, ਅਤੇ ਥੋੜ੍ਹੀ ਜਿਹੀ ਟੇਢੀ ਆ, ਇਹ ਤੁਹਾਨੂੰ ਲਾਈਨ ਤੋਂ ਪਤਾ ਲੱਗੂਗੀ, ਆਹ ਜਿਹੜੀ ਸਟਾਰਾਂ ਵਾਲੀ ਥੱਲੇ ਪਲੇਟ ਲੱਗੀ ਆ ਟੇਢੀ ਆ, ਅਤੇ ਹੁਣ ਅਸੀਂ ਖੋਲ੍ਹ ਕੇ ਸਿੱਧੀ ਕਰਨ ਲੱਗੇ ਹਾਂ, ਅਤੇ ਫਿਰ ਕਰਦੇ ਹਾਂ, ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਰਕੇ, ਅਤੇ ਫਿਰ ਜਗਾ ਕੇ ਦਿਖਾਵਾਂਗੇ ਤੁਹਾਨੂੰ। ਅਤੇ ਆਪਾਂ ਚੱਲੇ ਹਾਂ ਆਪਣੇ ਸਕੂਟਰ ਦਾ ਕੰਮ ਕਰਾਉਣੇ ਹੈਗੇ, ਅਤੇ ਹੋਪ ਆ ਕੱਲ੍ਹ ਨੂੰ ਡਿਲੀਵਰੀ ਹੋ ਜਾਵੇ, ਅਤੇ ਬਾਕੀ ਹੋਪ ਹੀ ਰਹਿ ਜਾਂਦੀ ਹੁੰਦੀ ਆ। ਬਾਕੀ ਤਾਂ ਮਜ਼ਾ ਮਾ ਇੱਦਾਂ ਆ, ਮਨੀਸ਼ ਹੋਣੀ ਚੱਲੇ ਆ ਜਲੰਧਰ ਨੂੰ ਬਾਪੂ ਨਾਲ, ਅਤੇ ਸੋਨੂੰ ਭਾਅ ਜੀ ਮੇਰੇ ਨਾਲ ਚੱਲੇ ਆ, ਚੱਲੀਏ ਭਾਅ ਜੀ, ਤੁਸੀਂ ਬਾਪੂ ਨਾਲ ਜਾਓ, ਇਹ ਚੱਲੇ ਆ ਸਕੂਟਰ ਦੇਖਣ। ਡੈਡੀ ਨੂੰ ਮੈਂ ਕਿਹਾ ਡੈਡੀ ਤੁਸੀਂ ਜਾਇਓ ਆਉਣਾ ਕਰਕੇ, ਮੈਨੂੰ ਤਾਂ ਟਾਈਮ ਘੱਟ ਹੋਵੇਗਾ, ਅਤੇ ਇਹ ਜਾ ਕੇ ਸਕੂਟਰ ਦੇਖ ਕੇ ਆਉਣਗੇ, ਲੈ ਕੇ ਆਉਣਾ ਸਕੂਟਰ ਇੱਕ, ਉਹ ਦੱਸਾਂਗੇ ਆਪਾਂ ਲੈਣ ਲੱਗੇ ਅਤੇ ਕਿਹਦੇ ਵਾਸਤੇ ਲੈਣ ਲੱਗੇ, ਹੈ ਨਾ ਮਨੀਸ਼? ਹਾਂਜੀ ਭਾਈ, ਦੱਸਣਾ ਚਾਹੀਦਾ ਕਿ ਨਹੀਂ? ਦੱਸਣਾ ਚਾਹੀਦਾ, ਨਹੀਂ ਆਪਾਂ ਨਹੀਂ ਦੱਸਣਾ ਹਾਲੇ, ਮਨੀਸ਼ ਦੀ ਬੇਇੱਜ਼ਤੀ ਹੋ ਗਈ। ਚਲੋ ਬਾਕੀ ਹੈ ਨਾ, ਆਪਾਂ ਹੁਣ ਚੱਲੇ ਹਾਂ। ਇੱਕ ਤਾਂ ਨਾ ਇਹਦਾ ਕੱਲ੍ਹ ਮਗਰਾਲ ਟੁੱਟ ਗਏ ਨੇ, ਪੱਤੀਆਂ ਪੁੱਤੀਆਂ ਸੈੱਟ ਨਹੀਂ ਹੈਗੀਆਂ, ਅਤੇ ਬਾਕੀ ਸਾਰਾ ਹੀ ਕੰਪਾਊਂਡ ਕਰਨ ਵਾਲਾ ਹਾਲੇ, ਅਤੇ ਤਾਂ ਮਜ਼ਾ ਮੈਂ ਇੱਦਾਂ ਆ, ਦੇਖ ਲਓ ਸਕੂਟਰ ਦਾ ਪਿੱਛੋਂ ਸਾਰੀ ਖਰਾਬ ਹੀ ਆ, ਮੈਂ ਕਹੋ ਸਾਰੀ ਆਹ ਚਿੱਟਾ ਆ ਸਾਰਾ, ਅਤੇ ਉਹ ਕਰੀਮ ਜਿਹਾ ਆ, ਅਤੇ ਸਾਰੇ ਤੇਲ ਤੂਲ ਵਾਲੇ ਹੱਥ ਲੱਗੇ ਇਹਨੂੰ, ਹੁਣ ਸਾਰਾ ਬਾਅਦ 'ਚੋਂ ਬਣਾਵਾਂਗੇ। ਹੁਣ ਆਪਣਾ ਜਿਹੜਾ ਮੇਨ ਕੰਮ ਆ, ਆਪਣਾ ਹੈਗਾ ਆ ਕਿ ਆਪਾਂ ਜਾ ਕੇ ਪਹਿਲਾਂ ਚਾਰਜਰ ਵੱਡਾ ਲਵਾਉਣਾ ਆ, ਇਹਨੂੰ ਚਾਰਜਰ ਵੱਡਾ ਲਵਾ ਕੇ ਫਿਰ ਆਪਾਂ ਜਿਹੜਾ ਆ ਦੋ ਕੁ ਸੁੱਚ ਫੜਨੇ ਆ ਇੱਦਾਂ ਦੇ ਆਹ ਵਾਲੇ, ਹੈ ਨਾ, ਅਤੇ ਫਿਰ ਡਿੱਗੀ ਦੇ ਵਿੱਚ ਆਣ ਕੇ ਲੇਟਾਂ ਲਾਉਣੀਆਂ, ਇੱਕ ਨਹੀਂ ਕਲੱਚ ਪਲੇਟਾਂ ਦਿਖਾਉਣੀਆਂ, ਕਾਫੀ ਟਾਈਮ ਦਾ ਖੜ੍ਹਾ ਹੀ ਸੀਗਾ, ਅਤੇ ਤਾਂ ਕਰਕੇ ਫਿਰ ਹੈ ਨਾ ਇੰਜਨ ਤਾਂ ਕਾਫੀ ਟਾਈਮ ਦਾ ਕਰਕੇ ਰੱਖੇ, ਚਲਾਇਆ ਚਲੂਏ ਆਪਾਂ ਚਲਾਉਂਦੇ ਨਹੀਂ, ਹੈ ਨਾ, ਤੁਹਾਨੂੰ ਪਤਾ ਇੰਜਨ ਕਰਕੇ ਇੰਨੇ ਖੜ੍ਹੇ ਕਰ ਦਈਦੇ, ਰਮਾ ਰੁਮਾ, ਫਿਰ ਜਦੋਂ ਰਮਾ ਹੋ ਜਾਂਦਾ ਖੜ੍ਹਾ ਕਰ ਦਈਦਾ, ਪਰ ਚਲਾਇਆ ਨਹੀਂ ਇਹਨੂੰ, ਕਹਿੰਦਾ ਉਹ ਤਾਂ ਰਮਾ ਕੀਤਾ ਇਹਨੂੰ ਖੜ੍ਹਾ ਕਰਕੇ, ਮਤਲਬ ਗੇਅਰ ਗੂਰ ਨਹੀਂ ਪਾਏ, ਬਸ ਖੜ੍ਹੇ ਨੂੰ ਸਟਾਰਟ ਛੱਡਤਾ ਸੀ ਰੇਸ ਵਧਾ ਕੇ, ਅਤੇ ਹੁਣ ਇਹਦੀ ਕਲੱਚ ਪਲੇਟਾਂ 'ਚ ਦਿੱਕਤ ਆਈ ਸੀਗੀ, ਅਤੇ ਹੁਣ ਚੱਕਰ ਇਹ ਹੋਇਆ ਆ ਕਿ ਹੈ ਨਾ ਜਿਹੜੀਆਂ ਆਪਣੀਆਂ ਕਲੱਚ ਪਲੇਟਾਂ ਆ ਉਹ ਹੈ ਨਾ ਜਦੋਂ ਆਪਾਂ ਚੌਥੇ ਗੇਅਰ ਨੂੰ ਭਜਾ ਕੇ ਸਕੂਟਰ 80 ਕਿਤੇ 70 ਕਿਤੇ ਲੱਗ ਜਾਂਦਾ ਛੱਡ ਦਈਏ, ਅਤੇ ਫਿਰ ਉਦੋਂ ਇਸ਼ੂ ਆਉਂਦਾ ਆ, ਇਹ ਥੋੜ੍ਹਾ ਜਿਹਾ ਝਟਕੇ ਮਾਰਦਾ ਆ, ਅਤੇ ਉਹ ਬਾਈ ਕਹਿੰਦਾ ਆਪਣਾ ਮਕੈਨਿਕ ਵੀ ਖੋਲ੍ਹ ਕੇ ਦੇਖਣਾ ਪੈਣਾ ਇੱਕ ਵਾਰੀ, ਅਤੇ ਬਾਕੀ ਹੁਣ ਕਰਦੇ ਹਾਂ ਸੈੱਟ, ਫਿਰ ਗੱਲ ਬਣੂਗੀ, ਬਾਕੀ ਕਰਦੇ ਹਾਂ ਜਾ ਕੇ ਫਿਰ ਦੱਸਦੇ ਹਾਂ ਤੁਹਾਨੂੰ ਕੀ ਬਣਦਾ। ਬਾਕੀ ਇਹ ਛਿੱਟੇ ਛੁੱਟੇ ਨਹੀਂ ਮਾਰਦਾ ਉੱਪਰ ਨੂੰ ਇਹ ਆਹ ਟਾਇਰ, ਕਿਉਂਕਿ ਸਕੂਟਰ ਇੰਨਾ ਭਜਾ ਨਹੀਂ ਸਕਦੇ, ਠੀਕ ਆ, ਭਜਾਉਣ ਨੂੰ 80-90-100 ਤੇ ਵੀ ਲਾ ਦਿਓ ਕੋਈ ਚੱਕਰ ਨਹੀਂ, ਪਰ ਭਜਾਉਣਾ ਨਹੀਂ ਗਾ, ਠੀਕ ਆ, ਕਿਉਂਕਿ ਇਹਦੇ ਫਰੰਟ ਬ੍ਰੇਕ ਹੈ ਨਹੀਂ ਗੀ, ਫਰੰਟ ਬ੍ਰੇਕ ਨਹੀਂ ਹੁੰਦੀ ਇਹਦੇ ਵਿੱਚ, ਅਸੀਂ ਜਿਹੜੀ ਆ ਹਬ ਬਣਾਈ ਦੀ ਆ, ਕਰਨ ਨੂੰ ਜੁਗਾੜ ਕਰ ਸਕਦੇ ਪਰ ਫਾਇਦਾ ਨਹੀਂ ਕੋਈ। ਗੱਲ ਹੁਣ ਇਹ ਕਰਦੇ ਹਾਂ ਸਕੂਟਰ ਦੇ ਕੰਮ ਕੀ ਕੀਤੇ ਸੀਗੇ, ਅਤੇ ਉਹਦਾ ਨੈਕਸਟ ਬਲੌਗ ਆਊਗਾ, ਹਾਲੇ ਮੈਂ ਇਹਦੀਆਂ ਤਾਰਾਂ ਤੂਰਾਂ ਸੈੱਟ ਕਰਨੀਆਂ ਸਾਰੀਆਂ, ਫਿਰ ਦੇਖਦੇ ਹਾਂ ਕੀ ਬਣਦਾ। ਬਾਕੀ ਓਕੇ ਆ, ਇਹਨੇ ਮੈਟ ਦੇ ਨਾ ਲੋਕ ਲੱਗੇ ਨਹੀਂ, ਉਹਦੇ ਸਰਾਖ ਵੱਡੇ ਆ ਪੁਰਾਣੇ ਮਾਡਲ ਦੇ ਵਿੱਚ, ਨਵੇਂ ਮਾਡਲ ਦਾ ਕੰਮ ਕੀਤਾ ਨਾ ਸਾਰਾ ਤਾਂ ਕਰਕੇ। ਬਾਕੀ ਅਸੀਂ ਟਰੈਪ ਕਰਤੀ ਸੀਗੀ ਪਿੱਛੋਂ ਰਹਿ ਗਈ, ਇਹਦਾ ਇੰਨੇ ਕਦੇ ਕੋਈ ਨਾ, ਅਤੇ ਬਾਕੀ ਮੈਂ ਤੁਹਾਨੂੰ ਆਹ ਵੀ ਦਿਖਾਈ ਦਿੰਦਾ ਹੁਣ, ਅਤੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਊਂਗਾ, ਹੁਣ ਹੀ ਦਿਖਾ ਦਿੰਦਾ ਮਾੜਾ ਜਿਹਾ। ਬਾਕੀ ਫਿਰ ਨੈਕਸਟ ਵੀਡੀਓ ਤਾਂ ਆਉਣੀ ਆਉਣੀ ਆ, ਵਿਦ ਰੇਟ
ਇਹ ਖੁੱਲਿਆ ਅਤੇ ਲਓ ਵੀ ਹੁਣ ਕਈ ਜਣੇ ਕਹੂਗੇ ਇੰਨੀਆਂ ਤਾਰਾਂ ਵੀ ਜਦੋਂ ਮਟੀਰੀਅਲ ਬਦਲਣਾ ਤਾਰਾਂ ਤਾਂ ਬਦਲਣੀਆਂ ਹੀ ਆ ਅਤੇ ਇਹ ਨਾਲੇ ਹੱਲੇ ਇਕੱਲੀਆਂ ਪਲੱਸ ਦੀਆਂ ਤਾਰਾਂ ਆ ਅਰਥ ਤਾਂ ਜਿੱਥੇ ਮਿਲਦਾ ਨੀਅਰ ਬੋਡੀ ਦੇ ਵਿੱਚ ਉੱਥੇ ਲਾ ਦਈਦਾ ਆ ਅਤੇ ਹੁਣ ਗੱਲ ਕਰੀਏ ਮੋਹਰ ਦੀ ਮੋਹਰ ਦੀ ਜੋ ਵੀ ਲਓ ਵੀ ਆ ਪਾਵਰ ਮੇਨ ਇਹ ਮੇਨ ਪਾਵਰ ਦਾ ਸਵਿੱਚ ਆ ਇੱਧਰਲਾ ਸਵਿੱਚ ਆ ਲਾਈਟ ਦਾ ਔਨ ਕਰੀਏ ਲਓ ਵੀ ਔਨ ਹੋ ਗਿਆ ਆ ਅਤੇ ਆਹ ਉਹਦਾ ਰਿਮੋਟ ਪਿਆ ਆ ਹਾਲੇ ਅੰਦਰ ਕੱਪੜਾ ਕੁੱਪੜਾ ਮਾਰਨਾ ਆ ਰਿਮੋਟ ਆ ਐਟਮੋਸਫੇਅਰ ਲਾਈਟਾਂ ਦਾ ਥੱਲੇ ਜਗਦੀਆਂ ਹਾਂ ਦੇਖੋ ਇੱਥੋਂ ਪ੍ਰੈੱਸ ਕਰਾਂਗੇ ਉਹ ਚੱਲ ਪਈ ਆ ਸੋਰੀ ਇੱਧਰ ਦੇਖੋ ਠੀਕ ਆ ਉਹ ਥੱਲੇ ਚੱਲ ਪਈਆਂ ਆ ਓਕੇ ਆ ਅਤੇ ਬਾਕੀ ਆਹ ਹੋ ਗਿਆ ਕੰਮ ਅਤੇ ਆਹ ਇਹਦੀ ਨੰਬਰ ਪਲੇਟ ਬਣਵਾਈ ਸੀਗੀ ਤੁਹਾਨੂੰ ਦਿਖਾ ਦਿੰਦਾ ਲਓ ਵੀ ਇੱਥੇ ਲੱਗਣੀ ਆ ਅਤੇ ਬਾਈ ਕਹਿੰਦਾ ਜਦੋਂ ਮੈਂ ਫਿੱਟ ਕਰਨੀ ਹੋਈ ਕਰ ਲਊਂਗਾ ਜਦੋਂ ਲਾਉਣੀ ਹੋਈ ਲਾ ਲਿਆ ਕਰੂੰਗਾ ਬਾਈ ਦੀ ਮਰਜ਼ੀ ਹੈ ਨਾ ਅਤੇ ਆਹ ਲਾ ਗਈ ਅਤੇ ਆਹ ਇਹਦੀ ਆਰ ਸੀ ਆ ਠੀਕ ਆ ਇਹ ਹੈਗਾ ਆ ਮਾਡਲ ਮੈਂ ਤੁਹਾਨੂੰ ਦੱਸਦਾ ਕਿਹੜਾ ਇਹ ਇੱਥੇ ਕਿਤੇ ਲਿਖਿਆ ਹੁਣ ਆਹ ਇਹਦਾ ਨੰਬਰ ਆ ਦੇਖ ਲਓ ਉਹ ਨੰਬਰ ਲਿਖਿਆ ਠੀਕ ਹੈ PIJ194 ਮਾਡਲ ਹੈਗਾ ਇਹ 88 ਠੀਕ ਆ ਇਹੀ ਆ ਮੈਨੂੰ ਤਾਂ ਲੱਗਦਾ 24 ਤਰੀਕ 10ਵਾਂ ਮਹੀਨਾ ਇਹ ਉਦੋਂ ਬਾਏ ਕੀਤਾ ਆ ਮੈਨੂਫੈਕਚਰਿੰਗ ਵੀ ਉਦੋਂ ਹੀ ਹੋਈ ਹੋਣੀ ਆ ਚਲੋ ਬਾਕੀ ਓਕੇ ਰਿਪੋਰਟ ਆ ਇਹ ਸਕੂਟਰ ਆਪਾਂ ਹੀ ਲੈ ਕੇ ਦਿੱਤਾ ਸੀ ਬਾਈ ਨੂੰ ਅਤੇ ਇਹ ਤਿਆਰ ਵੀ ਆਪਾਂ ਕੀਤਾ ਅਤੇ ਸਕੂਟਰ ਵੀ ਆਪਣੇ ਕੋਲੋਂ ਲਿਆ ਬਾਈ ਨੇ ਬਾਕੀ ਰਬੜਾਂ ਲਾ ਤੀਆਂ ਸੀਗੀਆਂ ਮੈਨੂੰ ਲੱਗਦਾ ਢਿੱਲੀ ਆ ਇਹ ਹਾਂ ਦੇਖੋ ਇੱਧਰ ਲੈਂਦੀ ਹੈ ਨਾ ਕਰਦੇ ਸੈੱਟ ਇਹਨੂੰ ਬਾਅਦ 'ਚੋਂ ਫਿਰ ਲਾ ਕੇ ਇੱਕ ਵਾਰੀ ਪੱਕਾ ਕੰਮ ਹੀ ਕਰ ਦੇਣਾ ਓਕੇ ਉੱਧਰ ਤਾਂ ਚਲੋ ਇਹਨੂੰ ਬੰਦ ਕਰੀਏ ਅਤੇ ਮੋਹਰੇ ਦਾ ਨੰਬਰ ਪਲੇਟ ਲਾਈ ਜੀ ਨਾ ਅਤੇ ਤਾਂ ਕਰਕੇ ਆਪਾਂ ਇਹ ਇੱਥੇ ਲਾ ਤਾ ਸਟੀਕਰ ਅਤੇ ਕਿਉਂ ਲਾਇਆ ਮੈਂ ਦੱਸਦਾ ਤੁਹਾਨੂੰ ਦੇਖੋ ਹੁਣ ਆਹ ਜਿੱਦਾਂ ਚਾਬੀ ਆ ਹੈ ਨਾ ਇਹ ਚਾਬੀ ਆ ਇੱਕ ਤਾਂ ਆਹ ਜਿਹੜੀ ਵੱਡੀ ਚਾਬੀ ਆ ਇਹ ਦੋਨੇ ਡਿੱਗੀਆਂ ਦੀ ਆ ਆਹ ਦੋ ਚਾਬੀਆਂ ਉਹਦੀਆਂ ਹੈਂਡਲ ਲੋਕ ਦੀਆਂ ਆ ਅਤੇ ਇਹਦਾ ਹੈਂਡਲ ਲੋਕ ਵੀ ਹੁੰਦਾ ਆ ਪੁਰਾਣੇ ਮਾਡਲ ਵਾਲਾ ਇੱਥੇ ਉੱਦਾਂ ਇੱਕ ਪੱਤੀ ਜੀ ਹੁੰਦੀ ਆ ਅਤੇ ਉਹ ਪੱਤੀ ਨਹੀਂ ਮਿਲਦੀ ਵੀ ਹੁਣ ਤਾਂ ਕਰਕੇ ਜਗਾੜ ਕਰਨਾ ਪੈਂਦਾ ਉੱਦਾਂ ਇਹ ਬਾਹਰ ਨਹੀਂ ਆਉਂਦਾ ਹੁਣ ਦੇਖੋ ਆਹ ਜਿੱਦਾਂ ਹੁਣ ਲਮਕਦਾ ਪਿਆ ਨਾ ਇੱਥੇ ਇਹਨੇ ਹਿੱਲੀ ਜਾਣਾ ਉਹ ਸਟੀਕਰ ਦੇ ਉੱਤੇ ਲੱਗੀ ਜਾਣਾ ਰੰਗ ਨੂੰ ਨਹੀਂ ਕੁਛ ਹੋਣਾ ਕਹਿਣ ਦਾ ਭਾਵ ਠੀਕ ਆ ਅਤੇ ਬਾਕੀ ਹੁਣ ਤੁਹਾਨੂੰ ਮੈਂ ਜੋ ਜੋ ਦੱਸਣਾ ਸੀਗਾ ਦੱਸ ਦਿੱਤਾ ਅਤੇ ਜਿਹੜਾ ਪ੍ਰੈੱਸ ਲੋਕ ਹੁੰਦਾ ਆ ਥੋੜ੍ਹਾ ਜਿਹਾ ਇਹਦੇ ਵਿੱਚ ਸਲਾਖ ਹੁੰਦਾ ਚਿਮਟੇ 'ਚ ਕੰਪਨੀ ਵੱਲੋਂ ਉਹ ਵਿੱਚ ਨੂੰ ਇੱਦਾਂ ਵੜ ਕੇ ਲੱਗਦਾ ਆ ਠੀਕ ਹੈ ਆਹ ਦੇਖ ਲਓ ਇਹਨੂੰ ਮੈਂ ਹੁਣ ਦੂਜਾ ਹੱਥ ਕਿੱਦਾਂ ਵਰਤਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਵੀਡੀਓ ਵੀ ਬਣਾ ਰਿਹਾ ਨਾਲ ਚਲੋ ਜਦੋਂ ਕੋਈ ਆਊਗਾ ਨਾ ਮੁੰਡਾ ਕੰਮ ਸਿੱਖਣ ਵਾਲਾ ਆਪਣੇ ਕੋਲ ਆਉਣਾ ਉਹਨਾਂ ਨੇ ਹਾਲੇ ਸੁੱਤੇ ਪਏ ਆ ਰਾਤੀ 1 ਵਜੇ ਤਾਂ ਕੰਮ ਹੀ ਨਿਬੜਿਆ ਸਾਰਾ ਇਹਦਾ ਅਤੇ ਆਉਣਗੇ ਫਿਰ ਉਹ ਵਲੋਗ ਬਣਾਉਣਗੇ ਤਾਂ ਮੈਂ ਤੁਹਾਨੂੰ ਲੋਕ ਕਰਕੇ ਦਿਖਾਊਂਗਾ ਬਾਕੀ ਇੱਥੇ ਸ਼ੇਰ ਬਣਾਇਆ ਆ ਅਤੇ ਹੈਡਲਾਈਟ ਦੇ ਵਿੱਚ ਝੰਡਾ ਬਣਾਇਆ ਆ ਲਓ ਦੇਖੋ ਕਿਵੇਂ ਆ ਵਧੀਆ ਲੱਗਾ ਅਤੇ ਬਾਕੀ ਆ ਬਾਈ ਨੇ ਕਿਹਾ ਸੀਗਾ ਵਾਈਟ ਬਾਈ ਨੇ ਇੱਥੇ ਵੀ ਵਾਈਟ ਕਿਹਾ ਸੀ ਮੈਂ ਕਿਹਾ ਕੁਛ ਵੱਖਰਾ ਰੰਗ ਲਾ ਲਓ ਫਿਰ ਵਧੀਆ ਲੱਗਣਾ ਅਤੇ ਬਾਕੀ ਇਹ ਹੋ ਗਿਆ ਆਊਟ ਲਾਈਟ ਹੋ ਗਈ ਆਊਟ ਲਾਈਟ ਦੇਖ ਲਓ ਠੀਕ ਆ ਅਤੇ ਹੈਡਲਾਈਟਾਂ ਹੋ ਗਈਆਂ
ਲਓ ਵੀ ਇੱਥੋਂ ਦੇਖੋ ਦੋਨੇ, ਠੀਕ ਹੈ। ਅਤੇ ਇੱਧਰ ਹੋ ਗਈ ਰਿਮ ਲਾਈਟ ਜੇ ਬਣਨਾ ਮੈਂ, ਲਓ ਵੀ ਆਹ ਇੰਡੀਕੇਟਰ ਹੋ ਗਿਆ। ਮਤਲਬ ਇੰਡੀਕੇਟਰ ਤਾਂ ਹੁੰਦੀ ਆ, ਪਰ ਆਪਾਂ ਇੰਡੀਕੇਟਰ ਲਾਇਆ ਨੀਗਾ। ਬਾਕੀ ਤਾਂ ਮਜ਼ਾ ਹੁਣ ਇੱਦਾਂ ਆ, ਤੁਹਾਨੂੰ ਸਕੂਟਰ ਜਿੰਨਾ ਕੁ ਦਿਖਾ ਸਕਦਾ ਮੈਂ ਇਕੱਲਾ ਦਿਖਾ ਦਿੱਤਾ। ਹੁਣ ਜਦੋਂ ਉਹ ਮੁੰਡੇ ਆਉਣਗੇ ਤਾਂ ਵਲੋਗ ਬਣਾਉਣਗੇ, ਫਿਰ ਦਿਖਾਵਾਂਗੇ ਤੁਹਾਨੂੰ ਬਾਕੀ ਦਾ। ਅਤੇ ਬਸ ਹੁਣ ਤਾਂ ਰਿਹਾ ਵੀ ਕਰਨਾ, ਹੋਰ ਕੁਛ ਨਹੀਂ ਰਹਿ ਗਿਆ। ਬਸ ਉਹ ਮੈਟ ਜਿਹੜਾ ਸੈੱਟ ਕਰਨਾ ਆ, ਲੋਕ ਨਹੀਂ ਮਿਲਦੇ ਪਏ, ਲੋਕ ਇਹਦੇ ਜਿਹੜੇ ਵਿੱਚੋਂ ਨਿਕਲੇ ਸੀਗੇ ਉਹ ਖੁੱਲ੍ਹੇ ਆ ਥੋੜ੍ਹੇ, ਅਤੇ ਉਹ ਰੱਖ ਅਤੇ ਸਾਂਭ ਕੇ ਹੋਰ ਸਕੂਟਰ ਦੇ ਕੰਮ ਆਜੂਗੇ। ਇਹਨੂੰ ਸਟੀਕ ਕੇ ਲੋਕ ਲੱਗੂਗਾ, ਫਿਰ ਜਿਹੜੇ ਗੱਡੀਆਂ ਦੀ ਡਿੱਗੀਆਂ 'ਚ ਲੱਗੇ ਹੁੰਦੇ ਉਹ ਲੈ ਕੇ ਆਉਂਦੇ ਹਾਂ ਆਪਾਂ ਨੇ ਕੁਦਰੋਂ। ਉੱਦਾਂ ਕੰਮ ਜਾਮਾਂ 'ਚ ਰੇਡੀ ਆ ਪੂਰਾ। ਚੱਲ ਇੱਧਰ ਨੂੰ ਉਹ ਕਰ, ਇੱਦਾਂ ਕੋਈ ਇਸ਼ਾਰਾ ਜਿਹਾ ਜੇ ਕੋ ਸਟਾਈਲ ਮਾਸਟਰ ਸਵੀਟ ਟੂ ਸਟਾਈਲ ਸਵੀਟ ਟੂ ਸਟਾਈਲ।